ਗਿੱਪੀ ਬਾਈ ਹੋਰਾਂ ਨਾਲ ਕੰਮ ਕਰਕੇ ਬਹੁਤ ਸਵਾਦ ਆਉਂਦਾ ਹੈ। ਜੇ ਮੈਂ ਆਪਣੀ ਲਾਇਬ੍ਰੇਰੀ ਦੀ ਗੱਲ ਕਰਾਂ ਤਾਂ ਮੈਂ ਕਹਿ ਸਕਦਾ ਕਿ ਮੈਂ ਆਪਣਾ ਬੈਸਟ ਕੰਮ ਹੰਬਲ ਮੋਸ਼ਨ ਨਾਲ ਕੀਤਾ ਗਿੱਪੀ ਬਾਈ ਹੋਰਾਂ ਨਾਲ। ਵਾਰਨਿੰਗ ਟੂ ਦਾ ਸ਼ੂਟ ਸੀ ਜਿਹੜਾ, ਮਤਲਬ ਵੀ ਸ਼ੂਟ ਕੰਮ ਮੇਲਾ ਜ਼ਿਆਦਾ ਸੀਗਾ। ਇਹੀ ਖੂਬਸੂਰਤੀ ਹੈ ਕਿ ਅਸੀਂ ਇੱਕ ਦੂਜੇ ਨੂੰ ਸਮਝਦੇ ਹਾਂ, ਉਹ ਸਮਝਦੇ ਨੇ ਇੱਕ ਦੂਜੇ ਨੂੰ, ਔਰ ਮੌਕਾ ਦਿੰਦੇ ਆ ਵੀ ਤੂੰ ਖੁੱਲ੍ਹਾ ਖੇਡ, ਆਪਣਾ ਮੁੱਦਾ ਇਹ ਹੈ, ਮੁੱਦੇ ਦੇ ਨਾ ਭਟਕੀਏ, ਕੰਮ ਕਰ ਟਕਾ ਕੇ ਗੱਲ ਖਾ। ਡੇਟ ਤੁਸੀਂ ਉਹਦੀ ਮਾਂ ਨਾਲ ਵੀ ਜਾ ਸਕਦੇ, ਡੇਟ ਤੁਹਾਡੇ ਪਿਓ ਨਾਲ ਵੀ, ਤੁਹਾਡੇ ਦੋਸਤ ਨਾਲ, ਭਰਾ ਨਾਲ ਜਾ ਸਕਦੇ ਨਾ। ਤਾਂ ਮੈਂ ਚੂਜ਼ ਕਰਦਾ ਨਾ ਬੋਲੀ, ਮੈਂ ਕਹਿੰਦਾ ਮੇਰੀ ਫੇਵਰੇਟ ਡੇਟ ਬੋਲੀ ਹੈਗਾ, ਬੋਲੀ ਚੱਲਦੇ ਹਾਂ ਕਾਫੀ ਚਿਰ। ਸਤਿ ਸ਼੍ਰੀ ਅਕਾਲ ਜੀ, ਤਕਦੀਰ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ। ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ। ਸੋ ਅੱਜ ਉਸ ਫਿਲਮ ਦੀ ਪ੍ਰੈਸ ਕਾਨਫਰੰਸ 'ਤੇ ਆਇਆ, ਜਿਹੜੀ ਮਤਲਬ ਸ਼ੁਰੂਆਤ ਇੱਕ ਵੈਬ ਸੀਰੀਜ਼ ਤੋਂ ਹੋਈ ਸੀ ਅਤੇ ਬਾਅਦ 'ਚੋਂ ਫਿਲਮ ਦਾ ਰੂਪ ਧਾਰ ਲਿਆ, ਅਤੇ ਹੁਣ ਉਹਦਾ ਪਾਰਟ 2 ਆ ਰਿਹਾ, ਅਤੇ ਸਾਡੇ ਨਾਲ ਮੌਜੂਦ ਨੇ ਭੋਲੀ ਭਾਅ ਜੀ ਅਤੇ ਰਾਜ ਭਾਅ ਜੀ। ਸੋ ਭਾਅ ਜੀ, ਮੇਰਾ ਪਹਿਲਾ ਕੁਸ਼ਚਨ ਇਹ ਹੈ ਕਿ ਤੁਹਾਡੇ ਦੋਨਾਂ ਤੋਂ ਹੀ ਹੈ ਕਿ ਜਦ ਵਾਰਨਿੰਗ ਟੂ ਸ਼ੂਟ ਹੋਈ ਹੈ, ਉੱਥੇ ਮੈਂ ਕਹਿੰਦਾ ਰਾਈਟਰਾਂ ਦੀ ਵੀ ਭਰਮਾਰ ਸੀ, ਡਾਇਰੈਕਟਰਾਂ ਦੀ ਵੀ ਭਰਮਾਰ ਸੀ, ਠੀਕ ਹੈ ਭਾਅ ਜੀ, ਮਤਲਬ ਗਿੱਪੀ ਭਾਅ ਜੀ ਹੋ ਗਏ, ਸਾਰੇ ਆਪਣਾ ਪ੍ਰਿੰਸੀਪਲ ਜੀਤ ਭਾਅ ਜੀ ਹੋ ਗਏ, ਠੀਕ ਹੈ ਜੀ, ਅਮਰ ਹੁੰਦਲ ਭਾਈ ਹੋ ਗਿਆ, ਆਪਣੇ ਡੀਓ ਭਾਅ ਜੀ ਦਲਜੀਤ ਦਿਓ ਭਾਅ ਜੀ, ਠੀਕ ਹੈ, ਅਤੇ ਕਿੱਦਾਂ ਦਾ ਐਕਸਪੀਰੀਅੰਸ ਰਿਹਾ, ਮਤਲਬ ਉਹਨਾਂ ਤੋਂ ਕਿੰਨਾ ਕੁ ਤੁਹਾਨੂੰ ਚੱਕਰ ਮਿਲਿਆ? ਬਹੁਤ ਕਮਾਲ ਦਾ ਐਕਸਪੀਰੀਅੰਸ ਹੁੰਦਾ ਆਲਵੇਜ਼, ਗਿੱਪੀ ਬਾਈ ਹੋਰਾਂ ਨਾਲ ਕੰਮ ਕਰਕੇ ਬਹੁਤ ਸਵਾਦ ਆਉਂਦਾ, ਕਿਉਂਕਿ ਇੱਕ ਤਾਂ ਇਹ ਹੈ ਕਿ ਜਦੋਂ ਵੀ ਉਹ ਮੈਨੂੰ ਯਾਦ ਕਰਦੇ ਆ ਜਿਹੜੇ ਵੀ ਪ੍ਰੋਜੈਕਟ ਲਈ, ਤਾਂ ਉਹ ਕਿਰਦਾਰ ਮੇਰੇ ਲਈ ਬਹੁਤ, ਮੇਰੇ ਲਈ ਮਤਲਬ, ਜੇ ਮੈਂ ਆਪਣੀ ਲਾਇਬ੍ਰੇਰੀ ਦੀ ਗੱਲ ਕਰਾਂ ਤਾਂ ਮੈਂ ਕਹਿ ਸਕਦਾ ਕਿ ਮੈਂ ਆਪਣਾ ਬੈਸਟ ਕੰਮ ਹੰਬਲ ਮੋਸ਼ਨ ਨਾਲ ਕੀਤਾ ਗਿੱਪੀ ਬਾਈ ਹੋਰਾਂ ਨਾਲ, ਚਾਹੇ ਉਹ ਜ਼ਿਲ੍ਹਾ ਸੰਗਰੂਰ ਹੈ, ਚਾਹੇ ਕ੍ਰਿਮੀਨਲ ਹੈ, ਚਾਹੇ ਸ਼ਾਵਾਨੀ ਗਧਾਈ ਲੜਾ, ਚਾਹੇ ਮਾਂ, ਚਾਹੇ ਵਾਰਨਿੰਗ 2 ਹੈ, ਤਾਂ ਜਾਂ ਹੋਰ ਵੀ ਫਿਲਮਾਂ ਜੋ ਮੇਰੀਆਂ ਆਈਆਂ, ਹੈ ਨਾ, ਤਾਂ ਮੇਰੇ ਤੋਂ ਫੇਥ ਕਰਦੇ ਹੈ ਕਿ ਬੋਲੀ ਇਹ ਕਿਰਦਾਰ ਨੂੰ ਵਧੀਆ ਕਰੂਗਾ, ਤਾਂ ਮੈਂ ਵੀ ਆਪਣਾ 100% ਦਿੰਦਾ ਆਪਣੇ ਵੱਲੋਂ, ਜੋ ਕਿਰਦਾਰ ਵਿੱਚ ਫੁੱਲ ਬੂਟੀਆਂ ਪੈ ਸਕਦੀਆਂ ਹੁੰਦੀਆਂ ਮੈਂ ਪਾਉਣਾ, ਅਤੇ ਮੈਂ ਧੰਨਵਾਦੀ ਹਾਂ ਬਾਈ ਹੋਰਾਂ ਦਾ, ਤਾਂ ਉਹਨਾਂ ਨਾਲ ਕੰਮ ਕਰਕੇ ਹਮੇਸ਼ਾ ਹੀ ਵਧੀਆ ਲੱਗਦਾ। ਔਰ ਅਮਰ ਬਾਈ ਨੇ ਇਸ ਫਿਲਮ ਦੇ ਵਿੱਚ ਜੋ ਸਿਟੀ ਦਾ ਕਿਰਦਾਰ ਮੇਰੇ ਤੋਂ ਕਰਵਾਇਆ, ਮਤਲਬ ਬਹੁਤ ਕਮਾਲ ਹੈ, ਜੋ ਗਿੱਪੀ ਬਾਈ ਹੋਰਾਂ ਨੇ ਲਿਖਿਆ ਸੀ ਅਤੇ ਜੋ ਬਲਜੀਤ ਭਾਈ ਹੋਰਾਂ ਨੇ ਫਿਲਮਾਇਆ, ਕਿਆ ਬਾਤ ਹੈ, ਅਤੇ ਜੋ ਮੇਰੀ ਪੰਮੇ ਬਾਈ ਨਾਲ ਜੁਗਲਬੰਦੀ ਹੈ, ਉਹ ਤੁਸੀਂ ਦੱਸਿਓ ਵੀ ਕਮਾਲ ਹੈ ਕਿ ਕੀ ਹੈ। ਤਾਂ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਆਪਣਾ ਵਧੀਆ ਕਰਨ ਦੀ ਸਿਟੀ ਦੇ ਕਿਰਦਾਰ ਨੂੰ, ਅਤੇ ਮੇਰੇ ਖਿਆਲ ਸਾਰੇ ਪਸੰਦ ਕਰਨਗੇ। ਭਾਈ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਵੈਸੇ ਤਾਂ ਇਹੀ ਕਹਿਣਾ ਚਾਹੂੰਗਾ ਜੋ ਕਿਹਾ ਬੋਲੀ ਨੇ, ਪਰ ਸੱਚੀ ਵਾਰਨਿੰਗ 2 ਦਾ ਸ਼ੂਟ ਸੀ ਜਿਹੜਾ, ਮਤਲਬ ਵੀ ਸ਼ੂਟ ਕੰਮ ਮੇਲਾ ਜ਼ਿਆਦਾ ਸੀਗਾ, ਕਿਉਂਕਿ ਜੀ ਇਹਨਾਂ ਲੱਗਦਾ ਸੀ 40-50 ਤਾਂ ਐਕਟਰ ਹੀ ਹੁੰਦੇ ਸੀ ਸੈੱਟ ਦੇ ਉੱਤੇ, ਹੈ ਨਾ, ਫਿਰ ਜੇਲ੍ਹ ਦਾ ਸੈੱਟ ਸੀਗਾ, ਸਵੇਰੇ ਜਾ ਕੇ ਹਨੇਰੀ ਤਿਆਰ ਹੋ ਕੇ ਬੈਠ ਜਾਂਦੇ ਸੀ, ਅਤੇ ਸੱਚੀ ਬਹੁਤ ਕ੍ਰੀਏਟਿਵ ਲੋਕ ਸੀ ਸੈੱਟ ਦੇ ਉੱਤੇ, ਜਿਵੇਂ ਤੁਸੀਂ ਕਿਹਾ, ਇੰਨੇ ਰਾਈਟਰ ਡਾਇਰੈਕਟਰ ਸਾਰੇ ਤਰ੍ਹਾਂ ਦੀ ਵਰਾਇਟੀ ਬਹੁਤ ਜ਼ਿਆਦਾ ਸੀਗੇ, ਮਤਲਬ ਵੀ ਹਰ ਮਤਲਬ ਫੀਲਡ ਦਾ ਬੰਦਾ ਸੀਗਾ ਉੱਥੇ, ਹੈ ਨਾ, ਪਰ ਵਿਜੂਅਲੀ ਬਹੁਤ ਵੱਡੀ ਸ਼ੂਟ ਹੋ ਰਹੀ ਸੀ, ਤਾਂ ਥੋੜ੍ਹਾ ਟਾਈਮ ਟੇਕਿੰਗ ਪ੍ਰੋਸੈਸ ਸੀਗਾ ਜਿਹੜਾ ਕਿ ਅਸੀਂ ਇੰਜੋਏ ਕੀਤਾ, ਗੱਲਾਂ ਬਹੁਤ ਕੀਤੀਆਂ, ਅਤੇ ਗੱਲਾਂ ਵੀ ਸਾਰੀਆਂ ਕ੍ਰੀਏਟਿਵ ਫੀਲਡ ਦੀਆਂ ਹੁੰਦੀਆਂ ਸੀਗੀਆਂ, ਕ੍ਰੀਏਟਿਵ ਲੈਵਲ ਦੀਆਂ ਹੁੰਦੀਆਂ ਸੀਗੀਆਂ, ਤਾਂ ਸੱਚੀ ਜਿੰਨੇ ਦਿਨ ਸ਼ੂਟ ਚੱਲਿਆ ਮੇਰੇ ਲਈ ਲੱਗਿਆ ਹੋਇਆ ਸੀ। ਐਟ ਦੀ ਐਂਡ ਮਤਲਬ ਜ਼ਿਆਦਾ ਸਾਰੀ ਡਿਸਕਸ਼ਨ ਵਗੈਰਾ ਹੁੰਦੀ ਸੀ, ਇੰਨੇ ਸਾਰੇ ਜਣੇ ਹੋਣੇ ਕ੍ਰੀਏਟਿਵ, ਸਾਰੇ ਕ੍ਰੀਏਟਿਵ ਮਾਈਂਡ ਹੁੰਦੇ ਸੀ, ਤਾਂ ਐਟ ਦੀ ਐਂਡ ਚੱਲਦੀ ਕਿਹਦੀ ਹੁੰਦੀ ਸੀ ਉੱਥੇ? ਚੱਲਦੀ ਨਹੀਂ ਉਹ, ਮਤਲਬ ਤੁਸੀਂ ਉਹ ਆਪਣਾ ਸ਼ੂਟ ਜ਼ਿਆਦਾ ਹੋ ਰਿਹਾ, ਹਾਂ, ਕਿਹਦੀ ਗੱਲਬਾਤ ਸੁਣੀ ਜਾਂਦੀ ਸੀ? ਉਹ ਤਾਂ ਡਾਇਰੈਕਟਰ ਦੀ ਸੁਣੀ ਜਾਊਗੀ ਹਮੇਸ਼ਾ, ਓਬੀਅਸਲੀ ਆ, ਅਤੇ ਬਾਕੀ ਇਹ ਵੀ ਜਦੋਂ ਗਿੱਪੀ ਬਾਈ ਆ ਗਏ, ਉਹ ਪ੍ਰੋਡਿਊਸਰ ਵੀ ਨੇ, ਰਾਈਟਰ ਵੀ ਨੇ, ਉਹ ਸੁਪੀਰੀਅਰ ਹੋ ਗਏ, ਉਹਨਾਂ ਦੀ ਜ਼ਿਆਦਾ ਸੁਣੀ ਜਾਊਗੀ, ਪਰ ਜਦੋਂ ਕੋਈ ਟੇਕ ਲੈਣਾ ਹੈ, ਕੋਈ ਕਿਸੇ ਸੀਨ ਨੂੰ ਬਿਹਤਰ ਬਣਾਉਣਾ, ਉਦੋਂ ਬਲਜੀਤ ਭਾਈ ਦੀ ਸੁਣੀ ਜਾਊਗੀ, ਠੀਕ ਹੈ। ਅਤੇ ਜਦੋਂ ਇਹ ਆ ਵੀ ਕਿਸੇ ਡਾਇਲੋਗ ਦੀ ਕੋਈ ਕਨਫਿਊਜ਼ਨ ਹੈ, ਜਾਂ ਕਿਸੇ ਸੀਨ ਦੇ ਵਿੱਚ ਕਿਸੇ ਪਾਸਿਓਂ ਆਉਣਾ, ਜਾਂ ਹੋਰ
ਉਦੋਂ ਫਿਰ ਐਕਟਰ ਦੀ ਵੀ ਸੁਣੀ ਜਾਂਦੀ ਹੈ, ਸਾਰੇ ਸੁਣ ਲੈਂਦੇ ਭਾਈ ਜਿਵੇਂ ਤੁਹਾਨੂੰ ਕਹਿੰਦਾ ਉਵੇਂ ਮੰਗ ਲੈਂਦੇ, ਸੁਣੀ ਸਾਰਿਆਂ ਦੀ ਆਉਂਦੀ ਹੈ। ਇਹੀ ਤਾਂ ਖੂਬਸੂਰਤੀ ਹੈ, ਇਹੀ ਖੂਬਸੂਰਤੀ ਹੈ ਬਾਈ ਹੋਰਾਂ ਨਾਲ ਕੰਮ ਕਰਨ ਦੀ, ਕਿਉਂਕਿ ਸਾਡੀ ਇੱਕੋ ਹੀ ਟੀਮ ਆ। ਅਮਰ ਵੀ ਇੱਧਰ ਹੀ ਨਿਕਲਿਆ ਹਨਾ, ਬਾਈ ਹੋਰਾਂ ਨੇ ਮੌਕਾ ਦਿੱਤਾ, ਸਾਡੀ ਇੱਕ ਟੀਮ ਹੈ। ਇਹੀ ਖੂਬਸੂਰਤੀ ਹੈ ਕਿ ਅਸੀਂ ਇੱਕ ਦੂਜੇ ਨੂੰ ਸਮਝਦੇ ਹਾਂ, ਉਹ ਸਮਝਦੇ ਨੇ ਇੱਕ ਦੂਜੇ ਨੂੰ, ਔਰ ਮੌਕਾ ਦਿੰਦੇ ਆ ਵੀ ਤੂੰ ਖੁੱਲ੍ਹਾ ਖੇਡ, ਆਪਣਾ ਮੁੱਦਾ ਇਹ ਹੈ, ਮੁੱਦੇ ਦਾ ਨਾ ਭਟਕੀਏ, ਕੰਮ ਕਰ ਟਕਾ ਕੇ ਗੱਲ ਖਤਮ, ਉੱਥੇ ਫਿਰ ਸਭ ਦੀ ਚੱਲਦੀ ਹੁੰਦੀ ਹੈ। ਤੁਹਾਨੂੰ ਮਤਲਬ ਟੀਮ ਆਪਾਂ ਤੁਸੀਂ ਹੋ ਗਏ ਆਰਟਿਸਟ ਦਾ ਕੰਮ ਹੁੰਦਾ, ਹਰੇਕ ਤਰ੍ਹਾਂ ਦੇ ਫੀਲਡ 'ਚ ਕੰਮ, ਮਤਲਬ ਹਰੇਕ ਤਰ੍ਹਾਂ ਦੇ ਜੋਨਰ 'ਚ ਕੰਮ ਕਰਦਾ, ਅਤੇ ਜਦੋਂ ਤੁਸੀਂ ਹੰਬਲ ਨਾਲ ਕੰਮ ਕਰਦੇ ਹੋ ਤਾਂ ਕੀ ਡਿਫਰੈਂਸ ਹੁੰਦਾ ਬਾਕੀਆਂ ਨਾਲੋਂ, ਥੋੜ੍ਹਾ ਜਿਹਾ ਐਕਸਪਲੇਨ ਕਰੋ। ਡਿਫਰੈਂਸ ਤਾਂ ਇਹ ਹੈ ਕਿ ਇੱਕ ਤਾਂ ਕੰਫਰਟ ਜ਼ੋਨ ਜ਼ਿਆਦਾ ਹੁੰਦਾ, ਕਿਉਂਕਿ ਇਹ ਹੈ ਵੀ ਜ਼ਿਆਦਾ ਕੰਮ ਮੈਂ ਇੱਧਰ ਕੀਤਾ, ਔਰ ਬਾਈ ਹੋਰਾਂ ਨਾਲ ਦੋਸਤੀ ਵੀ ਹੈ, ਮੋਹ ਪਿਆਰ ਵੀ ਹੈ, ਹੈ ਨਾ। ਔਰ ਜ਼ਿਆਦਾਤਰ ਇਹ ਵੀ ਹੁੰਦਾ ਕਿ ਜਦੋਂ ਕੋਈ ਪ੍ਰੋਜੈਕਟ ਹੰਬਲ 'ਚ ਹੁੰਦਾ ਤਾਂ ਜ਼ਿਆਦਾਤਰ ਉਹ ਇੱਕ ਜਿਹੜੇ ਜਿਹੜੇ ਆਰਟਿਸਟਾਂ ਨੇ ਪਹਿਲਾਂ ਕੰਮ ਕੀਤਾ ਹੁੰਦਾ ਉਹ ਹੁੰਦੇ ਆ, ਅਤੇ ਜਿਹੜਾ ਕੋਈ ਨਵਾਂ ਵੀ ਆਉਂਦਾ ਉਹ ਵੀ ਉਸੇ ਪੋਜ਼ਿਟਿਵਿਟੀ ਨਾਲ ਹੀ ਆਉਂਦਾ। ਇੱਕ ਮਾਹੌਲ ਹੈ ਜਿਹੜਾ ਉਹ ਬਹੁਤ ਪੋਜ਼ਿਟਿਵ ਹੁੰਦਾ, ਕਿਸੇ ਨੂੰ ਕੋਈ ਸ਼ਿਕਾਇਤ ਦਾ ਮੌਕਾ ਜਾਂ ਕੋਈ ਉੱਦਾਂ ਨਹੀਂ, ਹੱਸਦੇ ਖੇਡਦੇ ਕੋਈ ਵੀ ਪ੍ਰੋਜੈਕਟ ਆ ਉਹ ਕਰਦੇ ਹਾਂ, ਅਤੇ ਬਹੁਤ ਮਜ਼ਾ ਆਉਂਦਾ। ਡਿਫਰੈਂਟ ਤਾਂ ਇਹੀ ਆ ਕਿ ਨਹੀਂ ਤਾਂ ਫਿਲਮ ਤਾਂ ਹਰ ਇੱਕ ਕੋਈ ਬੰਦਾ ਫਿਲਮ ਹੀ ਸ਼ੂਟ ਕਰਦਾ, ਸ਼ਿੱਦਤ ਨਾਲ ਕਰਦਾ, ਮਿਹਨਤ ਨਾਲ ਕਰਦਾ, ਤਾਂ ਬਾਕੀ ਪ੍ਰੋਡਕਸ਼ਨ ਹਾਊਸ ਵੀ ਉਵੇਂ ਕਰਦੇ। ਇਹਦੇ ਵਿੱਚ ਇਹ ਹੈ ਕਿ ਗਿੱਪੀ ਬਾਈ ਨੂੰ ਪਹਿਲਾਂ ਤੋਂ ਜਾਣਦੇ ਹਾਂ, ਜੇ ਅਮਰ ਸ਼ੂਟ ਕਰ ਰਿਹਾ ਹੋਊਗਾ ਜਾਂ ਮਨੀਸ਼ ਭੱਟ ਕਰ ਰਿਹਾ ਹੋਊਗਾ ਜਾਂ ਬਲਜੀਤ ਭਾਜੀ ਕਰ ਰਹੇ ਹੋਣਗੇ, ਉਹਨਾਂ ਨਾਲ ਪਹਿਲਾਂ ਤੋਂ ਆਪਾਂ ਫਰੈਂਡਲੀ ਹਾਂ। ਭਾਜੀ ਤੁਹਾਡੇ ਤੋਂ ਸਵਾਲ ਹੈ, ਜਿੱਦਾਂ ਤੁਹਾਡਾ ਚਿਹਰਾ ਇੱਕ ਮਾਸੂਮੀਅਤ ਚ ਲੱਗਦੀ ਆ, ਤੇ ਹੁਣ ਵਾਰਨਿੰਗ 2 ਆ, ਇਹਦੇ ਵਿੱਚ ਕੁਛ ਅਲੱਗ ਹੀ ਜੋਨਰ ਨਿਕਲਦਾ, ਉਹ ਤੁਹਾਨੂੰ ਕਿਵੇਂ ਦਾ ਲੱਗਦਾ ਵੀ ਹਾਂ ਤੁਸੀਂ ਇਸ ਚੀਜ਼ ਲਈ ਕੰਫਰਟੇਬਲ ਹੋ, ਤਾਂ ਕਿੰਨਾ ਕੁ ਤੁਹਾਨੂੰ ਵਧੀਆ ਲੱਗਦਾ ਇੱਦਾਂ ਦਾ ਕੁਛ ਅਲੱਗ ਵੇਰੀਏਸ਼ਨ 'ਚ ਕੰਮ ਕਰਨਾ? ਸੱਚੀ ਉਹ ਜਿਸ ਤਰ੍ਹਾਂ ਦੀ ਤੁਹਾਡੀ ਪਰਸਨੈਲਿਟੀ ਹੁੰਦੀ ਉਹਦੇ ਅਪੋਜ਼ਿਟ ਪਲੇ ਕਰਨਾ ਇੱਕ ਚੈਲੰਜ ਹੁੰਦਾ ਗਾ, ਅਤੇ ਇਹ ਕਰੈਕਟਰ ਜਦੋਂ ਮੈਂ ਡੱਬ ਕਰ ਰਿਹਾ ਸੀ ਮੈਨੂੰ ਵੀ ਦੇਖ ਕੇ ਲੱਗਦਾ ਸੀ ਉਹਦੀ ਲੁੱਕ ਵਗੈਰਾ, ਉਹਦਾ ਬੋਲਣ ਦਾ ਤਰੀਕਾ, ਜਿੰਨਾ ਉਹ ਅਗਰੈਸ਼ਨ ਰੱਖਦਾ ਗਾ, ਆ ਮੇਰੇ ਤੋਂ ਜਮੀ ਅਪੋਜ਼ਿਟ ਆ ਉਹ। ਪਰ ਜਦੋਂ ਮੈਟਰ ਇਹ ਕਰਦਾ ਹੁੰਦਾ ਵੀ ਤੁਹਾਡੇ ਲਈ ਅੱਖਰ ਕੀ ਪਾਇਆ ਜਾਏ, ਹੈ ਨਾ, ਜਦੋਂ ਲਿਖਿਆ ਵਧੀਆ ਹੋਵੇ ਕਰੈਕਟਰ ਤਾਂ ਤੁਸੀਂ ਆਟੋਮੈਟਿਕਲੀ ਉਸ ਮਾਹੌਲ 'ਚ ਢਲ ਜਾਂਦੇ। ਤਾਂ ਮੈਂ ਵੀ ਮਤਲਬ ਵੀ ਲੁੱਕ ਵਾਈਜ਼, ਉਹਦੇ ਬੋਲਣ ਵਾਈਜ਼, ਐਕਟ ਵਾਈਜ਼ ਉਹਨਾਂ ਦਾ ਪੂਰਾ ਇਨਸਾਫ ਕਰਨ ਦੀ ਕੋਸ਼ਿਸ਼ ਕੀਤੀ ਆ। ਹੋਪਫੁਲੀ ਇਹ ਗ੍ਰੇ ਸ਼ੇਡ ਕਰੈਕਟਰ ਆ ਜਿਹੜਾ ਮੇਰਾ ਲੋਕਾਂ ਨੂੰ ਪਸੰਦ ਆਊਗਾ ਕਿ ਜਿਸ ਤਰ੍ਹਾਂ ਮੈਂ ਕੋਸ਼ਿਸ਼ ਕੀਤੀ ਉਹਨੂੰ ਪਲੇ ਕਰਨ ਦੀ। ਜੀ ਬਹੁਤ ਵਧੀਆ ਗੱਲ ਆ, ਅਤੇ ਅਸੀਂ ਵੀ ਉਮੀਦ ਕਰਦੇ ਹਾਂ ਵੀ ਵਾਰਨਿੰਗ 2 ਬਹੁਤ ਤਕੜੇ ਲੈਵਲ 'ਤੇ ਜਾਵੇ। ਅਤੇ ਮੇਰਾ ਆਖਰੀ ਕੁਐਸਚਨ ਇਹੀ ਹੈ ਵੀ ਜਦ ਇਹ ਫਿਲਮ ਸ਼ੂਟ ਹੋ ਰਹੀ ਸੀ, ਕੋਈ ਬੈਸਟ ਮੂਮੈਂਟ ਦੱਸ ਦਿਓ ਜਾਂ ਇੱਕ ਆਪਣਾ ਬੈਸਟ ਡਾਇਲੋਗ ਬੋਲ ਦਿਓ ਫਿਲਮ ਦਾ। ਬੈਸਟ ਮੂਮੈਂਟ ਤਾਂ ਇਹ ਹੈ ਕਿ ਇੱਕ ਤਾਂ ਇਹ ਨਾ ਵੀ ਅਸੀਂ ਸਾਰੇ ਆਲਮੋਸਟ ਦੋਸਤ ਹੀ ਸੀਗੇ, ਪ੍ਰਿੰਸ ਬਾਈ ਨਾਲ ਬਹੁਤ ਵਧੀਆ ਪਿਆਰ ਹੈ, ਗਿੱਪੀ ਬਾਈ ਹੋਰਾਂ ਨਾਲ ਬਹੁਤ ਵਧੀਆ ਪਿਆਰ ਹੈ, ਅਮਰ ਨਾਲ ਬਹੁਤ ਵਧੀਆ ਪਿਆਰ ਹੈ, ਬਲਜੀਤ ਭਾਅ ਜੀ ਸਾਡੇ ਸੀਨੀਅਰ ਨੇ ਪਰ ਉਹ ਸਾਡੀ ਉਮਰ ਦੇ ਹੋ ਕੇ ਵਿਚਰਦੇ ਨੇ ਸਾਡੇ ਨਾਲ, ਜਾਂ ਜਿਵੇਂ ਰਾਜ ਬਾਈ ਆ ਸਾਡੀ ਬਹੁਤ ਵਧੀਆ ਦੋਸਤੀ ਆ, ਹੈ ਨਾ। ਤਾਂ ਇਹ ਹੁੰਦਾ ਸੀ ਕਿ ਜਿਵੇਂ ਮੇਰਾ ਕਾਲ ਟਾਈਮ ਹੁੰਦਾ ਸੀ ਰਾਜ ਬਾਈ ਦਾ, ਕਈ ਵਾਰੀ ਮੈਸੇਜ ਆਉਣਾ ਸਵੇਰੇ ਸਵੇਰੇ ਵੀ ਬੋਲੀ ਤੂੰ ਗਿਆ ਤਾਂ ਨਹੀਂ, ਮੈਂ ਨਹੀਂ ਵੀਰੇ ਗੱਡੀ ਆ 5 ਵਜੇ ਸਵੇਰੇ, ਹਾਂ ਕਹਿੰਦਾ ਤੂੰ ਕੈਂਸਲ ਕਰ ਦੇ ਆਪਾਂ ਦੋਨੇ ਚਲਾਂਗੇ, ਮੈਂ ਚਲੋ ਠੀਕ ਹੈ। ਅਸਲ ਮੈਂ ਇਹ ਕੰਫਰਟ ਅਤੇ ਪਿਆਰ ਦੀ ਗੱਲ, ਦੋਸਤੀ ਦਾ ਮਤਲਬ ਹੀ ਇਹੀ ਆ, ਦੋਸਤ ਦਾ ਮਤਲਬ ਇਹੀ ਆ ਕਿ ਦੋ ਸੱਤ, ਜਿੱਥੇ ਦੋ ਸੱਚ ਇਕੱਠੇ ਹੋ ਗਏ ਉੱਥੇ ਗੱਲਾਂ ਉਹੀ ਹੋਣਗੀਆਂ ਜਿਹੜੀਆਂ ਐਕਚੁਅਲ 'ਚ ਹੈਗੀਆਂ ਨੇ ਤੁਸੀਂ ਕੋਲੋਂ, ਮਤਲਬ ਦੋਸਤ ਜਿਹੜਾ ਕੋਈ ਤੁਹਾਡਾ ਪੱਕਾ ਦੋਸਤ ਹੋਊਗਾ ਤੁਹਾਨੂੰ ਪੰਪ ਨਹੀਂ ਦੇ ਸਕਦਾ, ਬਣੇ ਬਣਾਏ ਪੰਪ। ਕਈ ਵਾਰੀ ਦੋਸਤ ਨੂੰ ਪੰਪ ਦੇਣਾ ਵੀ ਲਾਜ਼ਮੀ ਹੁੰਦਾ, ਜਦੋਂ ਢੈਂਦੀ ਕਲਾ 'ਚ ਜਾ ਰਿਹਾ ਹੁੰਦਾ ਜਾਂ ਥੋੜ੍ਹਾ ਹੋਵੇ ਉਹਨੂੰ ਕਹਿਣਾ ਯਾਰ ਤੂੰ ਕਮਲਾ ਹੈ, ਤੇਰਾ ਕੰਮ ਦੇਖ ਤੂੰ ਕਿੰਨਾ ਘਣ ਕਰ ਇਹ, ਤੂੰ ਭਰਾਵਾ ਤੇਰਾ ਪਤਾ ਕਿੰਨਾ ਮਾਹੌਲ ਆ ਇੰਡਸਟਰੀ 'ਚ ਜਾਂ ਤੈਨੂੰ ਬੰਦੇ ਕਿਵੇਂ ਲੈਂਦੇ ਨੇ, ਤੂੰ ਐਵੇਂ ਢੇਰੀ ਢਾਈ। ਉਦੋਂ ਪੰਪ ਦੇਣਾ ਬਹੁਤ ਜ਼ਰੂਰੀ ਹੈ। ਪੰਪ ਵੀ ਦੋ ਕਿਸਮ ਦਾ ਹੁੰਦਾ, ਇੱਕ ਹੁੰਦਾ ਉਦਾਂ ਹੀ ਵੀ ਬਾਬੇ ਤੂੰ ਤਾਂ ਬਹੁਤ ਸਰਾ ਪਿੱਠ ਘੁਮਾਈ ਤਾਂ ਕਹਿੰਦਾ ਵੀ ਇਹ ਚੱਲ, ਹੈ ਨਾ। ਤਾਂ ਪੰਪ ਵੀ ਤਾਂ ਦੋਸਤ ਦਾ ਮਤਲਬ ਉਹੀ ਹੈ ਵੀ ਜਦੋਂ ਅਸੀਂ ਫਿਰ ਮਿਲਦੇ ਹਾਂ, ਅਸੀਂ ਫਿਰ ਘਰ ਬਾਰ ਦੀਆਂ, ਅਸੀਂ ਆਪਣੇ ਇੰਡਸਟਰੀ ਦੀਆਂ, ਕੋਈ ਨਵੇਂ ਸਬਜੈਕਟ ਦੀਆਂ ਉਦਾਂ ਗੱਲਾਂ ਕਰਦੇ ਹਾਂ, ਤਾਂ ਉੱਥੇ ਦੋਸਤ ਸੀਗੇ ਸਾਰੇ, ਨਜ਼ਾਰਾ ਆਇਆ। ਤੁਸੀਂ ਕਹਿਣਾ ਚਾਹੋਗੇ ਭਾਅ ਜੀ? ਮਤਲਬ ਮੈਂ ਇਹ ਵੀ ਸੁਣਿਆ ਵੀ
ਜਿਵੇਂ ਬਲਜੀਤ ਭਾਜੀ ਹੋ ਗਏ ਆ ਉਹ ਮਤਲਬ ਨਾ ਬੱਚੇ ਵਾਂਗੂ ਟ੍ਰੀਟ ਕਰਦੇ ਸਾਰਿਆਂ ਨੂੰ, ਮਾਹੌਲ ਇੱਕ ਏਦਾਂ ਦਾ ਬਣਿਆ ਹੋਇਆ ਸੀ, ਬਹੁਤ ਸਵਾਦ ਆ ਰਹੇ ਕੰਮ ਕਰਕੇ, ਹਾਸੀ ਖੇਡੀਆਂ ਪੂਰੀਆਂ ਹੋ ਰਹੀਆਂ ਸੀ, ਉਹਦੇ ਬਾਰੇ ਥੋੜਾ ਦੱਸ ਦਿਓ। ਬਲਜੀਤ ਭਾਜੀ ਨਾਲ ਨਾ ਮੇਰਾ ਬਹੁਤ ਡ੍ਰੀਮ ਸੀਗਾ, ਮੈਂ ਤੁਹਾਨੂੰ ਵੀ ਦੱਸਦਾ ਹੁੰਦਾ ਸੀ ਨਾ, ਮੈਂ ਯਾਰ ਕਿਸੇ ਨੂੰ ਮਿਲਣਾ ਚਾਹੁੰਦਾ ਭਾਜੀ ਨੂੰ ਨਾ 2012 ਤੋਂ ਹੀ ਮੇਰਾ ਬਹੁਤ ਡ੍ਰੀਮ ਸੀ ਭਾਜੀ ਨੂੰ ਮਿਲਣ ਦਾ, ਮੈਂ ਭਾਜੀ ਨਾਲ ਕੰਮ ਕਰਨਾ ਚਾਹੁੰਦਾ ਸੀ, ਮੈਨੂੰ ਉਹਨਾਂ ਦੇ ਫਰੇਮ ਬਹੁਤ ਵਧੀਆ ਲੱਗਦਾ, ਉਹਨਾਂ ਦਾ ਮਤਲਬ ਕੰਮ ਬਹੁਤ ਵਧੀਆ ਲੱਗਦਾ ਜਿਵੇਂ ਉਹ ਸ਼ੂਟ ਕਰਦੇ ਆ ਫਿਲਮਾਂ ਹੈ ਨਾ। ਤਾਂ ਸੱਚੀ ਉਹ ਹੁਣ ਜਾ ਕੇ ਮਤਲਬ 2021-22 ਦੇ ਵਿੱਚ ਪੂਰਾ ਹੋਇਆ, 23 ਦੇ ਵਿੱਚ, 22 ਦੇ ਵਿੱਚ ਸਾਰੀ। ਤਾਂ ਮੇਰੇ ਲਈ ਇਹ ਭਾਜੀ ਨਾਲ ਕੰਮ ਕਰਨਾ ਬਹੁਤ ਵੱਡਾ ਡ੍ਰੀਮ ਸੀਗਾ, ਭਾਜੀ ਨੂੰ ਮਿਲਣਾ, ਭਾਜੀ ਨਾਲ ਕੰਮ ਕਰਨਾ। ਫਿਰ ਉਦੋਂ ਬਾਅਦ ਮੈਂ ਸਕ੍ਰਿਪਟਾਂ ਵੀ ਸੁਣਾਈਆਂ, ਭਾਜੀ ਨੂੰ ਬਹੁਤ ਪਸੰਦ ਆਈਆਂ, ਮੈਨੂੰ ਭਾਜੀ ਨੇ ਕੰਪਲੀਮੈਂਟ ਦਿੱਤਾ, ਕਹਿੰਦੇ ਇੰਨਾ ਚਿਰ ਕਿੱਥੇ ਸੀ ਯਾਰ, ਮੈਂ ਸਕ੍ਰਿਪਟਾਂ ਲੱਭਦਾ ਰਹਿ ਜਾਂਦਾ ਸੀ। ਉੱਥੇ ਮਾਹੌਲ ਇੱਦਾਂ ਦਾ ਸੀਗਾ, ਬਾਕੀ ਬੋਲੀ ਵੀਰੇ ਨਾਲ ਮੇਰਾ ਐਂ ਹੈਗਾ ਵੀ ਵੈਸੇ ਵੀ ਮੈਂ ਘਰੇ ਮੇਰੇ, ਕਿਉਂਕਿ ਮੈਂ ਇੱਥੋਂ ਦਾ ਹੈ ਨਹੀਂ ਗਾ, ਬਾਹਲੇ ਦੋਸਤ ਨਹੀਂ ਹੈਗੇ, ਮੈਂ ਡੇਟ 'ਤੇ ਜਾਂਦਾ ਹੁੰਦਾ ਬੋਲੀ ਨਾਲ, ਬੋਲੀ ਡੇਟ 'ਤੇ ਚੱਲਦੇ ਯਾਰ ਕਾਫੀ ਪੀਂਦੇ ਹਾਂ ਨਾ, ਥੋੜ੍ਹਾ ਜਿਹਾ ਵੀ ਜੇ ਮੈਂ ਲੋਅ ਫੀਲ ਕਰਾਂ ਮੈਂ ਬੋਲੀ ਨੂੰ ਮਿਲਦਾ ਨਾ, ਬੋਲੀ ਡੇਟ 'ਤੇ ਚੱਲਦੇ ਹਾਂ ਕਾਫੀ ਪੀਂਦੇ ਹਾਂ, ਇਹ ਗੱਲਾਂ ਇੰਨੀਆਂ ਕਰਦੇ ਹਾਂ ਚੀਰਾ ਪੋ ਕੇ ਘਰ ਨਹੀਂ ਜਾਂਦਾ, ਲੋਅ ਫੀਲ 'ਚ ਸਹੇਲੀ ਨੂੰ, ਹਾਂਜੀ ਹੋਰ ਰਿਸ਼ਤੇ ਵੀ ਬਹੁਤ ਕਲੋਜ ਹੁੰਦੇ ਆ ਤੁਹਾਡੇ, ਪਰ ਮੈਨੂੰ ਲੱਗਦਾ ਵੀ ਇਹ ਬਹੁਤ ਜ਼ਿਆਦਾ ਕੰਫਰਟ ਆ ਕਿ ਮਾਂ ਤੁਹਾਡੀ ਸਭ ਤੋਂ ਪਹਿਲਾਂ ਦੋਸਤ ਆ, ਜਦੋਂ ਤੁਸੀਂ ਸੰਸਾਰ 'ਚ ਆਉਣੇ ਹੋ 9 ਮਹੀਨੇ ਪਹਿਲਾਂ ਤੁਹਾਨੂੰ ਜਾਣਦੇ ਆ, ਉਹ ਤੋਂ ਵੱਡਾ ਦੋਸਤ ਤੁਹਾਡਾ ਕੋਈ ਨਹੀਂ ਹੋ ਸਕਦਾ। ਤੇ ਉਸ ਤੋਂ ਬਾਅਦ ਉਹ ਦੋਸਤ ਆ ਜਿਹੜਾ ਤੁਸੀਂ, ਤੁਹਾਨੂੰ ਮਿਲਿਆ ਨਹੀਂ ਹੈਗਾ, ਬਣਾਇਆ ਤੁਸੀਂ, ਅਚੀਵ ਕੀਤਾ ਆਪ, ਗ੍ਰੈਬ ਕੀਤਾ ਉਹ ਦੋਸਤ ਹਨਾ, ਤਾਂ ਆਪਣੀ ਜ਼ਿੰਦਗੀ, ਤਾਂ ਜਿਹੜਾ ਉਹ ਦੋਸਤ ਨਾਲ ਤੁਸੀਂ ਗੱਲ ਕਰੋਗੇ ਨਾ, ਜੇ ਸੱਚਾ ਹੋਊਗਾ ਹਨਾ, ਉਹ ਪਤਾ ਹੀ ਲੱਗ ਜਾਂਦਾ ਬੰਦਾ ਮਿਲਦੀ ਬਹਿੰਦੀ ਉੱਥੇ ਆ ਜਿੱਥੇ ਵਾਈਬ ਹੁੰਦੀ, ਤਾਂ ਉਹਦੇ ਨਾਲ ਤੁਸੀਂ ਕੁਛ ਵੀ ਕਰ ਸਕਦੇ ਹੋ। ਜੇ ਤੁਸੀਂ ਢਹਿੰਦੀ ਕਲਾ ਜਾ ਰਹੇ ਹੋ, ਉਹਦਾ ਆਉਣਾ ਹੀ ਚੜ੍ਹਦੀ ਕਲਾ ਹੋ ਜਾਂਦਾ। ਬਿਲਕੁਲ, ਦੋਸਤ ਦੀ ਅਹਿਮੀਅਤ ਤਾਂ ਬਹੁਤ ਕਮਾਲ ਦੀ ਆ, ਤਾਂ ਇਹ ਤਾਂ ਜਿਵੇਂ ਬਾਈ ਗੱਲ ਕਰਦੇ, ਅਸੀਂ ਬਹੁਤ ਮਿਲਦੇ ਹਾਂ, ਕਈ ਵਾਰੀ ਪਤਾ ਹੀ ਨਹੀਂ ਹੁੰਦਾ ਵੀ ਮਿਲਣਾ ਵੀ, ਉਦੋਂ ਫੋਨ ਆਉਂਦਾ ਵੀਰੇ ਕਿੱਥੇ ਮਿਲਦੇ ਆਪਾਂ, ਮੈਂ ਆ ਜਾਊਂ। ਐਕਚੁਅਲੀ ਆਪਣੇ ਆਪਣੇ ਇੱਥੇ ਨਾ ਡੇਟ ਦਾ ਮਤਲਬ ਐਂ ਸਮਝਿਆ ਜਾਂਦਾ ਵੀ ਗਰਲਫ੍ਰੈਂਡ ਨਾਲ ਜਾਂਦੇ, ਡੇਟ ਤੁਸੀਂ ਉਹਦੀ ਮਾਂ ਨਾਲ ਵੀ ਜਾ ਸਕਦੇ, ਡੇਟ ਤਾਂ ਪਿਓ ਨਾਲ ਵੀ, ਆਪਣੇ ਦੋਸਤ ਨਾਲ, ਭਰਾ ਨਾਲ ਜਾ ਸਕਦੇ ਨਾ। ਤਾਂ ਮੈਂ ਚੂਜ਼ ਕਰਦਾ ਨਾ ਬੋਲੀ, ਮੈਂ ਕਹਿੰਦਾ ਮੇਰੀ ਫੇਵਰੇਟ ਡੇਟ ਬੋਲੀ ਹੈਗਾ, ਬੋਲੀ ਚੱਲਦੇ ਆ ਕਾਫੀ ਤੇ। ਨਹੀਂ ਬਹੁਤ ਵਧੀਆ ਲੱਗਿਆ ਭਾਜੀ, ਤੇ ਸਮਾਂ ਘੱਟ ਹੋਣ ਕਰਕੇ ਮੈਨੂੰ ਇੱਥੇ ਸਮਾਪਤੀ ਕਰਨੀ ਪਊਗੀ, ਸੋ ਲਾਸਟ ਮੈਸੇਜ ਕੋਈ ਹੋਣੀ ਸੀ? ਮੈਸੇਜ ਦੇਣ ਦੀ ਕੋਈ ਲੋੜ ਨਹੀਂ ਹੈਗੀ, ਹੁਣ ਸਾਰੇ ਜਾਣਦੇ ਆ, ਸਾਰੇ ਸਿਆਣੇ ਹੈਗੇ, ਬਸ ਅਪੀਲ ਕਰਾਂਗੇ, ਬੇਨਤੀ ਕਰਾਂਗੇ ਕਿ ਵਾਰਨਿੰਗ 2 ਆ ਰਹੀ ਹੈ 2 ਫਰਵਰੀ ਨੂੰ, ਦੋਸਤਾਂ ਮਿੱਤਰਾਂ ਨਾਲ ਪਰਿਵਾਰ ਨਾਲ ਜ਼ਰੂਰ ਦੇਖਿਓ, ਆਨੰਦ ਮਾਣਿਓ 2 ਫਰਵਰੀ ਨੂੰ ਵਾਰਨਿੰਗ 2 ਦਾ। ਧੰਨਵਾਦ ਧੰਨਵਾਦ, ਅਤੇ ਧਮਾਕੇ ਪੈਣੇ ਨੇ 2 ਫਰਵਰੀ ਨੂੰ, ਅਤੇ ਪ੍ਰੀਮੀਅਰ 'ਤੇ ਮਿਲਦੇ ਹਾਂ ਆਪਾਂ।